ਦੇਖੋ ਜੀ ਨਜਾਇਜ਼ ਕਰ ਰਹੇ ਬਹੁਤ ਤਾਂ ਫਿਰ ਉਹ ਧਰਨੇ ਦਿੰਦੇ ਨੇ, ਜੇ ਨਜਾਇਜ਼ ਨਾ ਕਰੇ ਫਿਰ ਧਰਨੇ ਕਾਹਲੀ ਦੇਣਗੇ ਉਹ। ਵੇਖੋ ਜੀ ਆਪਾਂ ਸਹੀ ਹੱਕ 'ਚ ਹੈਗੇ ਹਾਂ, ਭਾਵੇਂ ਕਿਸਾਨ ਆਮ ਲੋਕ ਵਪਾਰੀ ਵੀ ਕਹਿੰਦੇ ਨੇ ਚੀਜ਼ ਨੂੰ ਵੀ ਨਜਾਇਜ਼ ਕਰੇ, ਕਿਸਾਨ ਵੀ ਕਹਿੰਦੇ ਸਹੀ ਕਹਿੰਦੇ ਨੇ। ਵੇਖੋ ਅਸਰ ਤਾਂ ਪੈ ਰਿਹਾ ਸੀ, ਅਸੀਂ ਬਿਲਕੁਲ ਨੇੜੇ ਆਏ ਹਾਂ 10 ਕਿਲੋਮੀਟਰ ਤੋਂ, ਸਾਨੂੰ ਤਾਂ ਪੂਰਾ ਟੈਕਸ ਪੈ ਗਿਆ ਨਾ। ਬਿਲਕੁਲ ਉਹਨਾਂ ਦੀ ਡਿਮਾਂਡ ਕਰੈਕਟ ਸੀਗੀ ਸਰ, ਅਸੀਂ ਸਪੋਰਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਨੂੰ ਜੀ। ਇਹ ਧੱਕੇਸ਼ਾਹੀ ਹੈ ਗੌਰਮੈਂਟ ਦੀ ਜੋ ਹਟਣੀ ਚਾਹੀਦੀ ਹੈ। ਸਰਕਾਰਾਂ ਦੀ ਮਿਲੀ ਭਗਤ ਆ ਜੀ ਇਹ, ਸਰਕਾਰਾਂ ਨੇ ਚਲਾਇਆ ਇਹ, ਉਹਨਾਂ ਦੇ ਪੈਸੇ ਰੁੱਕ ਗਏ ਤਾਂ ਹੁਣ ਉਹਨਾਂ ਨੇ ਚਲਾ ਲਿਆ, ਤਾਂ ਹੀ ਤਾਂ ਦੇਖੋ ਫੋਰਸ ਦੇਖੋ ਨਾ। ਹੁਣ ਸਰ ਹੁਣ ਮੇਰੀ ਗੱਲ ਸੁਣੋ, ਜੇ ਅਸੀਂ ਲੰਘ ਰਹੇ ਹਾਂ ਤਾਂ ਜੇ ਪੁਲਿਸ ਮੁਲਾਜ਼ਮ ਜਿਹੜੇ ਵੀ ਬੈਠੇ ਨੇ, CRPF ਜੋ ਵੀ ਬੈਠੇ ਨੇ ਉਰੇ, ਜੇ ਉਹ ਨਿਕਲ, ਜੇ ਅਸੀਂ ਇੰਨੇ ਪੈਸੇ ਦੇ ਕੇ ਨਿਕਲੇ ਤਾਂ ਕੱਲ੍ਹ ਉਹਨਾਂ ਦਾ ਪਰਿਵਾਰ ਵੀ ਤਾਂ ਪੈਸੇ ਦੇ ਕੇ ਨਿਕਲੂ, ਹੁਣ ਇਹਨਾਂ ਨੇ ਉਹਨਾਂ ਦੇ ਡੰਡੇ ਮਾਰਨੇ ਨੇ। ਇਹ ਸਰਕਾਰ ਦੀ ਮਿਲੀ ਭਗਤ ਹੈ ਕਿ ਪੰਜਾਬੀ ਨੂੰ ਪੰਜਾਬੀ ਨੇ ਲੜਾਈ ਜਾ ਰਹੇ ਨੇ। ਜਦ ਹੁਣ ਤੁਸੀਂ ਰੋਡ ਟੈਕਸ ਲੈ ਲਏ, ਹੋਰ ਟੈਕਸ ਲੈ ਲਏ, ਤਾਂ ਹੁਣ ਇਹ ਵੀ ਟੈਕਸ ਲੈਣੇ, ਹਰ ਚੀਜ਼ 'ਤੇ ਆਮ ਜਨਤਾ ਨਾਲ ਲੁੱਟਿਆ ਜਾਂਦਾ ਸਰ। ਪਊਗਾ ਜੀ ਪਊਗਾ ਜੀ, ਗੱਡੀ ਦੇ ਉੱਤੇ 28% ਟੈਕਸ ਆ, ਹਵਾਈ ਜਹਾਜ਼ ਦੇ ਹੈਲੀਕਾਪਟਰ 5% ਟੈਕਸ ਆ, ਆਮ ਜਨਤਾ ਨੂੰ ਲੁੱਟਿਆ ਨਾ, ਜਿਹਦੇ ਕੋਲ ਜਿਹਨੇ ਹੈਲੀਕਾਪਟਰ ਤਾਂ ਕਿਸੇ ਵੱਡੇ ਬੰਦੇ ਉਹ ਤੋਂ ਟੈਕਸ ਲਾਓ। ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੀ ਹਦਾਇਤਾਂ ਦੇ ਪਾਲਣਾ ਕਰਦੇ ਲੁਧਿਆਣਾ ਪ੍ਰਸ਼ਾਸਨ ਨੇ ਸਵੇਰ ਤੋਂ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਨੂੰ ਖੋਲ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦਾ ਵਿਰੋਧ ਕਰਨ ਆਏ ਕੁਝ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ, ਜਿਸ ਨੂੰ ਹਾਲ ਹੀ ਵਿੱਚ ਕਿਸਾਨਾਂ ਨੇ ਵੱਧੇ ਟੋਲ ਟੈਕਸ ਵਸੂਲਣ ਦਾ ਦੋਸ਼ ਲਾ ਕੇ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਹਾਈ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਆ ਟੋਲ ਟੈਕਸ ਖੋਲ ਦਿੱਤਾ ਹੈ। ADCP ਸ਼ੁਭਮ ਅਗਰਵਾਲ ਨੇ ਦੱਸਿਆ ਕਿ ਹਾਈ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਅੱਜ ਸਵੇਰ ਤੋਂ ਹੀ ਟੋਲ ਪਲਾਜ਼ਾ ਖੋਲ ਦਿੱਤਾ ਗਿਆ। ਇਸ ਦੌਰਾਨ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ, ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਦੂਜੇ ਪਾਸੇ ਲੋਕਾਂ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਚੰਗਾ ਕੰਮ ਕੀਤਾ ਜਾ ਰਿਹਾ, ਇੱਥੇ ਭਾਰੀ ਟੋਲ ਟੈਕਸ ਵਸੂਲਿਆ ਜਾਂਦਾ ਹੈ ਜਦਕਿ ਸੁਵਿਧਾ ਬੜੀ ਘੱਟ ਹੈ। ਅੱਜ 31 ਤਰੀਕ ਹੈ, 31 ਜੁਲਾਈ ਟੂਲ ਖੋਲੇ ਗਿਆ, ਦੁਆਰ ਦੀ ਲੱਗ ਗਿਆ ਟੂਲ ਪਲਾਜ਼ਾ 'ਤੇ ਜਿਹੜਾ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰਾਂ ਦੀ ਮਿਲੀ ਭਗਤ ਆ ਜੀ ਇਹ, ਸਰਕਾਰਾਂ ਨੇ ਚਲਾਇਆ ਇਹ, ਉਹਨਾਂ ਦੇ ਪੈਸੇ ਰੁੱਕ ਗਏ ਤਾਂ ਹੁਣ ਉਹਨਾਂ ਨੇ ਚਲਾ ਲਿਆ, ਤਾਂ ਹੀ ਤਾਂ ਦੇਖੋ ਫੋਰਸ ਦੇਖੋ ਨਾ, ਜਦ ਜੇ ਤੁਹਾਡਾ ਆਟੋਮੈਟਿਕ ਧੱਕੇਸ਼ਾਹੀ ਹੈ ਸਰਕਾਰ ਦੀ, ਭਗਵੰਤ ਮਾਨ ਸਰਕਾਰ ਦਾ ਬੇਫਾਲਤੂ ਚੀਜ਼ਾਂ ਨੇ ਇਹ। ਹੁਣ ਸਰ ਹੁਣ ਮੇਰੀ ਗੱਲ ਸੁਣੋ, ਜੇ ਅਸੀਂ ਲੰਘ ਰਹੇ ਹਾਂ ਤਾਂ ਜੇ ਪੁਲਿਸ ਮੁਲਾਜ਼ਮ ਜਿਹੜੇ ਵੀ ਬੈਠੇ ਨੇ, CRPF ਜੋ ਵੀ ਬੈਠੇ ਨੇ ਉਰੇ, ਜੇ ਉਹ ਨਿਕਲ, ਜੇ ਅਸੀਂ ਇੰਨੇ ਪੈਸੇ ਦੇ ਕੇ ਨਿਕਲੇ ਤਾਂ ਕੱਲ੍ਹ ਉਹਨਾਂ ਦਾ ਪਰਿਵਾਰ ਵੀ ਤਾਂ ਪੈਸੇ ਦੇ ਕੇ ਨਿਕਲੂ, ਹੁਣ ਇਹਨਾਂ ਨੇ ਉਹਨਾਂ ਡੰਡੇ ਮਾਰਨੇ ਨੇ। ਇਹ ਸਰਕਾਰ ਦੀ ਮਿਲੀ ਭਗਤ ਹੈ ਕਿ ਪੰਜਾਬੀ ਨੂੰ ਪੰਜਾਬੀ ਨੇ ਲੜਾਈ ਜਾ ਰਹੇ ਨੇ, ਹੋਰ ਕੋਈ ਫਰਕ ਨਹੀਂ ਹੈਗਾ ਇਹਨਾਂ ਦਾ। ਜਿਹੜੇ ਸੰਘਰਸ਼ ਕਰ ਰਹੇ ਹੋ, ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮੰਨਦੇ ਹੋ? ਉਹਨਾਂ ਦਾ ਐਕਟੀਵਿਟੀ ਤਾਂ ਕਿਤੇ ਨਾ ਕਿਤੇ ਤਾਂ ਸਹੀ ਸਹੀ ਨਾ, ਜਿਹੜੀ ਜਨਤਾ ਉਹਨੂੰ ਤਾਂ ਕਿਤੇ ਨਾ ਕਿਤੇ ਪੋਜ਼ਿਟਿਵਨੈਸ ਸੀਗੀ ਨਾ, ਵੀ ਹਾਂਜੀ ਕੁਛ ਬਜਟ ਘਟਿਆ ਸੀ, ਪਰ ਇਹਨਾਂ ਦਾ ਬਜਟ ਘੱਟ ਗਿਆ, ਬੰਦਾ ਦਾ ਤਾਂ ਸਹੀ ਹੋ ਗਿਆ, ਇਹਨਾਂ ਦਾ ਘੱਟ ਗਿਆ। ਜਦ ਹੁਣ ਤੁਸੀਂ ਰੋਡ ਟੈਕਸ ਲੈ ਲਏ, ਹੋਰ ਟੈਕਸ ਲੈ ਲਏ, ਤਾਂ ਹੁਣ ਇਹ ਵੀ ਟੈਕਸ ਲੈਣੇ, ਹਰ ਚੀਜ਼ 'ਤੇ ਆਮ ਜਨਤਾ ਨਾਲ ਲੁੱਟਿਆ ਜਾਂਦਾ ਸਰ। ਹੁਣ ਗੱਡੀ ਦੇ ਪਏਗਾ ਕਿ ਨਹੀਂ ਪਏਗਾ? ਪਊਗਾ ਜੀ ਪਊਗਾ ਜੀ, ਗੱਡੀ ਦੇ ਉੱਤੇ 28% ਟੈਕਸ ਆ, ਹਵਾਈ ਜਹਾਜ਼ ਹੈਲੀਕਾਪਟਰ 'ਤੇ 5% ਟੈਕਸ ਆ, ਆਮ ਜਨਤਾ ਨੂੰ ਲੁੱਟਿਆ ਨਾ, ਜਿਹਦੇ ਕੋਲ ਜਿਹਨੇ ਹੈਲੀਕਾਪਟਰ ਤਾਂ ਕਿਸੇ ਵੱਡੇ ਬੰਦੇ ਉਹ ਤੋਂ ਟੈਕਸ ਲਾਓ। ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਨਾਲ ਤੁਰੋ ਪਬਲਿਕ ਨੂੰ, ਅਤੇ ਪਬਲਿਕ ਥੋੜ੍ਹੀ ਹਜੇ ਘੱਟ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਗੇ? ਦੇਖੋ ਸਰ, ਪਬਲਿਕ ਦਾ ਸਿਸਟਮ ਕੀ ਆ ਕਿ ਹਰ ਕੋਈ ਬੰਦਾ ਨਾ ਆਪਣੀ ਲਾਈਫ 'ਚ ਬਿਜ਼ੀ ਆ, ਅਗਲਾ ਕਹਿੰਦਾ ਜੀ ਮੈਂ ਕਿਤੇ ਛੁੱਟੀ ਕਰੂੰਗਾ, ਅਗਲੇ ਸਾਰੇ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਰਿਹਾ, ਅਗਲੇ ਕਹਿੰਦਾ ਸਾਡੀ ਛੁੱਟੀ ਹੋਊਗੀ, ਸਾਨੂੰ ਕਿਤੇ ਜਵਾਬ ਨਾ ਮਿਲ ਜਾਵੇ, ਇੰਨੀਆਂ ਛੁੱਟੀਆਂ ਕੋਈ ਵੀ ਨਹੀਂ ਦਿੰਦਾ ਪਬਲਿਕ ਨੂੰ, ਇੰਨੀ ਫੋਰਸ ਲਗਾਣਾ ਮੋਢਾ ਲਾ ਕੇ ਤਾਂ ਚੱਲਣਾ ਚਾਹੀਦਾ ਪਬਲਿਕ ਨੂੰ ਵੀ, ਬਿਲਕੁਲ ਚਾਹੀਦਾ ਜੀ, ਬਟ ਇਹ ਆ ਵੀ ਕੋਈ ਵੱਡੇ ਲੈਵਲ 'ਤੇ ਨਾ ਜਿਹੜੇ ਕਿਸਾਨ ਵੀ ਨੇ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਹੁਣ ਗਲਤੀਆਂ ਨੇ ਕਿ ਉਹ ਆਪਣੇ ਉਹਨਾਂ ਦਾ ਇੱਕਾ ਜੋਟਾ ਹੈ ਹੀ ਨਹੀਂ।
ਚੱਕਰ ਇਹ ਆ, ਉਹ ਵੀ ਕਿਤੇ ਨਾ ਕਿਤੇ ਇੱਕ ਪਾਰ 'ਚ ਅਲੱਗ ਅਲੱਗ ਰਹਿ ਰਹੇ ਨੇ, ਹੋਰ ਕੋਈ ਚੱਕਰ ਨਹੀਂ। ਇਹਦੇ ਸੰਘਰਸ਼ ਨੂੰ ਜਿਹੜਾ ਟੁੱਟਣ ਦਾ ਸਰ ਇਹੀ ਆ ਵੀ ਉਹ ਆਪਸ 'ਚ ਇਕੱਠੇ ਹੋ ਕੇ ਨਹੀਂ ਚੱਲ ਰਹੇ, ਬਸ ਇਫੈਕਟ ਇਹੀ ਆ ਬਸ ਮੇਨ। ਅਸੀਂ ਇੱਥੇ ਲੁਧਿਆਣੇ ਤੋਂ ਜੀ ਨੇੜੇ ਆਏ ਹਾਂ ਜੀ, ਟੂਲ ਪਲਾਜ਼ਾ ਫਿਰ ਚਾਲੂ ਕੀਤਾ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਨਜਾਇਜ਼ ਕਰ ਰਹੇ ਬਹੁਤ, ਤਾਂ ਦੀ ਫਿਰ ਉਹ ਧਰਨੇ ਦਿੰਦੇ ਨੇ, ਜੇ ਨਜਾਇਜ਼ ਨਾ ਕਰੇ ਫਿਰ ਧਰਨੇ ਕਾਹਦੀ ਦੇਣਗੇ ਉਹ, ਇਹ ਨਜਾਇਜ਼ ਹੋ ਰਿਹਾ ਨਾ। ਅਤੇ ਕਿਸਾਨਾਂ ਦੇ ਹੱਕ 'ਚੋਂ ਫਿਰ ਤੁਸੀਂ ਵੇਖੋ ਜੀ, ਆਪਾਂ ਸਹੀ ਹੱਕ 'ਚ ਹੈਗੇ ਹਾਂ, ਤੁਸੀਂ ਕਿਸਾਨ ਆਮ ਲੋਕ ਵਪਾਰੀ ਵੀ ਕਹਿੰਦੇ ਨੇ ਚੀਜ਼ ਨੂੰ ਵੀ ਨਜਾਇਜ਼ ਕਰੇ, ਕਿਸਾਨ ਵੀ ਕਹਿੰਦੇ ਸਹੀ ਕਹਿੰਦੇ ਨੇ, ਕਿਤੇ ਨਾ ਕਿਤੇ ਉਹ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਰੇਟ ਘਟਾ ਦਿੰਦੇ ਹਨ, ਜੋ ਕਿ ਲੋਕਾਂ ਦੀ ਜੇਬ 'ਤੇ ਜ਼ਿਆਦਾ ਅਸਰ ਪੈ ਰਿਹਾ। ਹਾਂ ਵੇਖੋ, ਅਸਰ ਤਾਂ ਪੈ ਰਿਹਾ ਸੀ, ਅਸੀਂ ਬਿਲਕੁਲ ਨੇੜੇ ਆਏ ਹਾਂ 10 ਕਿਲੋਮੀਟਰ ਤੋਂ, ਸਾਨੂੰ ਤਾਂ ਪੂਰਾ ਟੈਕਸ ਪੈ ਗਿਆ ਨਾ, ਅਸੀਂ ਮੰਨ ਲਓ ਅਸੀਂ ਫਗਵਾੜੇ ਜਾਣਾ ਵੇ। ਹਾਂਜੀ ਹਾਂਜੀ, ਅਤੇ ਜੇਬ 'ਤੇ ਅਸਰ ਪਏਗਾ ਹੁਣ? ਬਿਲਕੁਲ ਵੇਖੋ, ਅਸਰ ਤਾਂ ਪਏਗਾ ਹੀ, ਨਹੀਂ ਨਜਾਇਜ਼ ਨਾ ਕਰਨ, ਚਲੋ ਟੋਲ ਲਾਉਣ ਨਜਾਇਜ਼ ਨਾ ਕਰਨ। ਹਾਂਜੀ ਹਾਂਜੀ, ਜੀਵਨ ਗਰੋਵਰ ਕਿਹੜੀ ਜਗ੍ਹਾ ਤੋਂ ਆਏ ਆ? ਲੁਧਿਆਣਾ ਤੋਂ। ਸਰ ਇਹ ਟੂਲ ਪਲਾਜ਼ਾ ਫੇਰ ਸ਼ੁਰੂ ਕੀਤਾ ਗਿਆ, ਬਹੁਤ ਮਾੜੀ ਗੱਲ ਹੈ ਸਰ। ਕਿੰਨੀ ਤਰੀਕ ਅੱਜ? 31st। ਹਾਂਜੀ, ਅਤੇ ਜਿਹੜਾ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਉਹ ਸਹੀ ਸੀਗਾ? ਬਿਲਕੁਲ ਸਰ, ਅਸੀਂ ਨਾਲ ਆ ਉਹਨਾਂ ਦਾ ਜੀ। ਅਤੇ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ? ਕੁਛ ਨਹੀਂ, ਅਸੀਂ ਨਾਲ ਆ ਸਰ ਉਹਨਾਂ ਦੇ, ਵਾਪਸ ਆਉਣ ਇੱਥੇ ਗਵਰਨਮੈਂਟ ਦੇ ਅਗੇਂਸਟ ਪ੍ਰੋਟੈਸਟ ਕਰਨ ਜੀ। ਜੋ ਕਿਤੇ ਨਾ ਕਿਤੇ ਜੇਬ 'ਤੇ ਅਸਰ ਪਏਗਾ ਹੁਣ, ਬਹੁਤ ਵੱਡਾ ਅਸਰ ਹੈ ਸਰ। ਅਤੇ ਰੇਟ ਘਟਾਉਣੇ ਚਾਹੀਦੇ ਸੀ ਇਹਨਾਂ ਨੂੰ? ਬਿਲਕੁਲ, ਉਹਨਾਂ ਦੀ ਡਿਮਾਂਡ ਕਰੈਕਟ ਸੀਗੀ ਸਰ, ਅਸੀਂ ਸਪੋਰਟ ਕਰਦੇ ਉਹਨਾਂ ਦੀ ਡਿਮਾਂਡ ਨੂੰ ਜੀ। ਇਹ ਧੱਕੇਸ਼ਾਹੀ ਹੈ ਗੌਰਮੈਂਟ ਦੀ, ਜੋ ਹਟਣੀ ਚਾਹੀਦੀ ਹੈ। ਅਤੇ ਜਿਹੜਾ ਹੁਣ ਕਿਸਾਨ ਫਿਰ ਇਕੱਠੇ ਹੋ ਰਿਹਾ, ਅਤੇ ਤੁਸੀਂ ਉਹਨਾਂ ਦਾ ਸਮਰਥਨ ਕਰਦੇ ਹੋ? ਬਿਲਕੁਲ ਸਰ, ਉਹ ਆਉਣ ਇੱਥੇ, ਅਸੀਂ ਸਪੋਰਟ ਕਰਾਂਗੇ ਜੀ। ਜੀ ਬਿਲਕੁਲ ਹੀ ਜੀ, ਪੀਸਫੁਲ ਤਰੀਕੇ ਨਾਲ ਸਾਡਾ ਜਿਹੜਾ ਟੋਲ ਪਲਾਜ਼ਾ ਇੱਥੇ ਚੱਲ ਰਿਹਾ ਹੈਗਾ ਜੀ। ਅੱਛਾ, ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜੀ? ਇੱਥੇ 2 ਧਰਨਾਕਾਰੀ ਆਏ ਸੀਗੇ, ਅਤੇ ਉਹਨਾਂ ਨੂੰ ਅਸੀਂ ਵੈਰੀਫਿਕੇਸ਼ਨ ਵਾਸਤੇ ਜ਼ਰੂਰ ਉਹਨਾਂ ਨੂੰ ਅਸੀਂ ਪੁੱਛਗਿੱਛ ਕਰ ਰਹੇ, ਵੈਰੀਫਾਈ ਕਰ ਰਹੇ ਜੀ। ਇੱਥੇ ਕੰਟਰੋਲ ਕਿਹੋ ਜਿਹਾ ਪੁਲਿਸ ਦਾ? ਕੋਈ ਕਿਸਾਨ ਜਥੇਬੰਦੀਆਂ ਅਗਰ ਇੱਥੇ ਆਉਂਦੀਆਂ ਨੇ, ਕੋਈ ਆਗੂ ਆਉਂਦਾ, ਤਾਂ ਕਿਹੋ ਜਿਹੀ ਕਾਰਵਾਈ ਇੱਥੇ ਜੀ? ਅਗਰ ਕਿਸੇ ਵੀ ਤਰੀਕੇ ਦਾ ਕੋਈ ਵੀ ਵਿਅਕਤੀ ਜੋ ਕਿ ਇੱਥੇ ਸ਼ਰਾਰਤ ਕਰੇਗਾ ਜਾਂ ਕਿਸੇ ਵੀ ਤਰੀਕੇ ਦੀ ਅਨਲੋਫੁਲ ਐਕਟੀਵਿਟੀ ਕਰੇਗਾ, ਇਲੀਗਲ ਐਕਟੀਵਿਟੀ ਕਰੇਗਾ, ਤਾਂ ਉਹਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਅੱਛਾ ਸਰ, ਅਗਰਵਾਲ ਸਾਹਿਬ, ਹਾਈਕੋਰਟ ਦੇ ਦੇਸ਼ਾਂ ਤੋਂ ਬਾਅਦ ਤੁਸੀਂ ਐਕਸ਼ਨ ਲਿਆ, ਹਾਈਕੋਰਟ ਦੇ ਦੇਸ਼ ਹੋਏ ਸੀ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਆਗੂ ਉੱਥੇ ਪਹੁੰਚੇ ਸੀ ਹਾਈਕੋਰਟ ਜੀ? ਪਹਿਲੇ ਵੀ ਆਪਣੀ ਫੋਰਸ ਲਗਾਤਾਰ ਇੱਥੇ ਚੱਲਦੀ ਪਈ ਹੈ, ਅਤੇ ਜਿਹੜੇ ਇੱਥੇ ਧਰਨਾਕਾਰੀ ਸੀਗੇ, ਪਹਿਲੇ ਦਿਨ ਤੋਂ ਹੀ ਅਸੀਂ ਮੁਸ਼ਤੈਦੀ ਨਾਲ ਇੱਥੇ ਡਿਊਟੀ ਕਰ ਰਹੀ ਹੈ ਸਾਡੀ ਫੋਰਸ, ਅਸੀਂ ਆਪ ਵੀ ਆਉਂਦੇ ਰਹੇ ਹਾਂ ਇਹਨਾਂ ਦੇ ਨਾਲ, ਅਸੀਂ ਜਿਹੜੇ ਧਰਨਾਕਾਰੀ ਸੀਗੇ ਨਾਲ ਅਸੀਂ ਮਲਟੀਪਲ ਮੀਟਿੰਗਸ ਕਰਦੇ ਰਹੇ ਹਾਂ, ਅਤੇ ਹੁਣ ਜਦੋਂ ਕੀ ਕਹਿੰਦੇ ਹੈ, ਅਤੇ ਹੁਣ ਫਿਰ ਅਸੀਂ NHAI ਵਾਲੇ ਨਾਲ ਇਹਨਾਂ ਨਾਲ ਟਾਈ ਅਪ ਕਰਕੇ, ਅਤੇ ਹੁਣ ਫਿਰ ਅਸੀਂ ਕੰਪਲੀਟਲੀ ਇਹਨੂੰ ਜਿਹੜਾ ਹੈਗਾ ਅਸੀਂ ਇਹਨੂੰ ਚਲਾਤਾ ਗਾ। ਅੱਛਾ, ਕਿਸਾਨਾਂ ਦਾ ਇਹ ਆਰੋਪ ਹੈ ਕਿ ਕੱਲ੍ਹ ਮੀਟਿੰਗ ਹੋਈ ਹੈ ਪ੍ਰਸ਼ਾਸਨ ਦੇ ਨਾਲ, ਨੈਸ਼ਨਲ ਹਾਈਵੇ ਅਥਾਰਟੀ ਦੀ, ਉਹਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ? ਪਹਿਲੇ ਪੁਲਿਸ ਪ੍ਰਸ਼ਾਸਨ ਨੇ ਵੀ ਮੀਟਿੰਗ ਕੀਤੀ ਸੀ, ਡਿਪਟੀ ਕਮਿਸ਼ਨਰ ਨੇ ਵੀ ਮੀਟਿੰਗ ਕੀਤੀ ਸੀ, ਉਹਨਾਂ ਨਾਲ ਕੋਈ ਕੱਲ੍ਹ ਮੀਟਿੰਗ ਨਹੀਂ ਹੋਈ, ਅਤੇ ਅੱਜ ਸਵੇਰੇ 5 ਵਜੇ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਰੇਟ ਵੱਧ ਰਹੇ ਨੇ, ਉਹਨਾਂ ਰੇਟਾਂ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਸੀ। ਜਿਹੜੇ ਜੀ ਧਰਨਾਕਾਰੀ ਹੈਗੇ ਆ, ਇਹਨਾਂ ਨਾਲ ਵੱਖ ਵੱਖ ਮੀਟਿੰਗਾਂ ਵੱਖ ਵੱਖ ਸਮਾਂ 'ਤੇ ਹੋਈਆਂ ਨੇ, ਅਤੇ ਇਹਨਾਂ ਨੇ ਵੀ ਆਪਣੇ ਜਿਹੜੇ ਪੱਕ ਸੀਗਾ ਅਸੀਂ ਇਹਨਾਂ ਨੇ ਰੱਖਤਾ, ਅਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਹੁਣ ਅੱਜ ਅਸੀਂ ਟੋਲ ਵਾਲਿਆਂ ਦੀ ਮਦਦ ਨਾਲ ਬੜੇ ਪੀਸਫੁਲ ਤਰੀਕੇ ਨਾਲ ਇਹ ਟੋਲ ਚਲਾ ਰਹੇ ਨੇ, ਅਤੇ ਇੱਥੇ ਕੋਈ ਵੀ ਸ਼ਰਾਰਤੀ ਵਿਅਕਤੀ, ਕੋਈ ਵੀ ਸ਼ਰਾਰਤੀ ਅਨਸਰ, ਕਿਸੇ ਵੀ ਤਰੀਕੇ ਦਾ ਕੋਈ ਵੀ ਐਂਟੀ ਸੋਸ਼ਲ ਐਕਟੀਵਿਟੀ ਕਰੇਗਾ, ਉਹਦੇ ਖਿਲਾਫ਼ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ।